ਸਾਡਾ ਪੰਜਾਬੀ ਵਿਰਸਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਇਸ ਚੈਨਲ ਤੇ। ਦੋਸਤੋ, ਸਮੇਂ-ਸਮੇਂ ਤੇ ਅਸੀਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਗਾਇਕੀ ਬਾਰੇ ਜਾਣੂ ਕਰਵਾਇਆ ਇਸ ਚੈਨਲ ਦੇ ਜ਼ਰੀਏ। ਅੱਜ ਗੱਲ ਕਰਾਂਗੇ ਪਰੋਵਾਲ ਦਾ ਜੱਟ ਦੀਦਾਰ ਸੰਧੂ। ਬਚਪਨ ਵਿੱਚ ਵਜਦਾ ਕੰਨੀ ਪੈਂਦਾ ਸੀ, ਮੇਰਾ ਕੱਲ ਦਾ ਕਾਲਜਾ ਦੁਖਦਾ ਵੇ, ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੁਰੇ ਦਾ, ਨਾ ਮਾਲ ਜਾਲਮਾ ਵੇ ਪੇਕੇ ਤਤੜੀ ਦੇ ਦੂਰ। ਬਸ ਉਦੋਂ ਇਹਨਾਂ ਗੀਤਾਂ ਨਾਲ ਹੀ ਸਾਂਝ ਸੀ, ਕੋਈ ਖਬਰ ਨਹੀਂ ਸੀ। ਦੀਦਾਰ ਦਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਰਗੋਧਾ ਜ਼ਿਲ੍ਹੇ ਦੀ ਸਲਾਂ ਵਾਲੀ ਤਹਿਸੀਲ ਦੇ ਚੱਕ ਨੰਬਰ 133 ਜਨੂਬੀ ਵਿੱਚ ਸਰਦਾਰ ਸੋਮਲ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। ਦੀਦਾਰ ਦੇ ਦਾਦਕੇ ਸੰਧੂ ਸੱਦੀ ਦੇ ਹਨ। ਦੀਦਾਰ ਦਾ ਚਾਰ ਭਰਾਵਾਂ 'ਚ ਸਭ ਤੋਂ ਛੋਟਾ ਸੀ। ਸਰਦਾਰ ਨਾਜਰ ਸਿੰਘ ਸੰਧੂ, ਸਰਵਨ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਗੁਰਨਾਮ ਸਿੰਘ ਸੰਧੂ ਦੀਦਾਰ ਤੋਂ ਵੱਡੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਸੋਮੰਦ ਸਿੰਘ ਸੰਧੂ ਦਾ ਪਰਿਵਾਰ ਜਗਰਾਓਂ ਤਹਿਸੀਲ ਦੇ ਪਿੰਡ ਬੋਦਲ ਵਿੱਚ ਆ ਵਸਿਆ ਅਤੇ ਇਹਨਾਂ ਨੂੰ ਰਾਮਗੜ੍ਹ ਵਿਖੇ ਕੁਝ ਜ਼ਮੀਨ ਅਲਾਟ ਹੋਈ। ਉਦੋਂ ਦੀਦਾਰ ਦੀ ਉਮਰ ਕੋਈ 4-5 ਵਰੇ ਹੋਵੇਗੀ। ਉਦੋਂ ਪਿੰਡ 'ਚ ਲੱਗਦੇ ਜਲਸੇ ਤੇ ਦੀਵਾਨਾ 'ਚ ਕਵੀਸ਼ਰ ਢਾਡੀ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਸਨ। ਇਹਨਾਂ ਦਾ ਦੀਦਾਰ ਤੇ ਬਹੁਤ ਪ੍ਰਭਾਵ ਪਿਆ। ਦੀਦਾਰ ਨੇ 7ਵੀਂ ਤੱਕ ਪੜ੍ਹਾਈ ਸਰਕਾਰੀ ਹਾਈ ਸਕੂਲ ਜਗਰਾਓਂ ਤੋਂ ਕੀਤੀ ਤੇ ਇਹ ਪਰਿਵਾਰ ਪੱਕੇ ਤੌਰ ਤੇ ਰੋਵਾਲ ਖੁਰਦ ਦਾ ਵਾਸੀ ਬਣ ਗਿਆ, ਜਿੱਥੋਂ ਦੀਆਂ ਗਲੀਆਂ 'ਚ ਅੱਜ ਵੀ ਦੀਦਾਰ ਦੀਆਂ ਪੈਣਾਂ ਲੱਭੀਆਂ ਜਾ ਸਕਦੀਆਂ ਹਨ। ਦੀਦਾਰ ਦਾ ਬਚਪਨ ਆਰਥਿਕ ਮੰਦਿਆਲੀ ਵਿੱਚ ਗੁਜ਼ਰਿਆ। ਦੀਦਾਰ ਨੇ 10ਵੀਂ ਜਮਾਤ ਸਰਕਾਰੀ ਹਾਈ ਸਕੂਲ ਬਰਸਾਲਾ ਤੋਂ ਪਾਸ ਕੀਤੀ। ਦੀਦਾਰ ਨੇ ਹੌਲੀ ਹੌਲੀ ਗੀਤ ਜੋੜਨੇ ਸ਼ੁਰੂ ਕਰ ਦਿੱਤੇ। ਲਗਭਗ 1962 'ਚ ਦੀਦਾਰ ਸੰਧੂ ਨੂੰ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਮਿਲ ਗਈ, ਜੋ ਕਿ ਦੀਦਾਰ ਲਈ ਵਰਦਾਨ ਸਾਬਤ ਹੋਈ, ਜਿੱਥੇ ਦੀਦਾਰ ਨੂੰ ਆਪਣੀ ਕਲਾ ਨਿਖਾਰਨ ਦਾ ਮੌਕਾ ਮਿਲਿਆ। ਇੱਥੇ ਹੀ ਦੀਦਾਰ ਦਾ ਮੇਲ ਨੌਕਰੀ ਕਰ ਰਹੇ ਦੋ ਗਾਣਾ ਗਾਇਕੀ ਦੇ ਬਾਦਸ਼ਾਹ ਮੁਹੰਮਦ ਸਦੀਕ ਨਾਲ ਹੋਇਆ। ਆਪਸੀ ਗੂੜੀ ਸਾਂਝ ਉਸਤਾਦੀ ਸ਼ਗਿਰਦੀ 'ਚ ਬਦਲੀ, ਕਿਉਂਕਿ ਮੁਹੰਮਦ ਸਦੀਕ ਦੀ ਆਵਾਜ਼ ਤੇ ਉਸਦੇ ਗਾਉਣ ਦੇ ਅੰਦਾਜ਼ ਨੇ ਕਾਫੀ ਪ੍ਰਭਾਵਿਤ ਕੀਤਾ, ਜਿੱਥੇ ਇਸ ਨੂੰ ਮੁਹੰਮਦ ਸਦੀਕ ਨਾਲ ਰਹਿਣ ਤੇ ਉਸਦੀਆਂ ਸਟੇਜਾਂ ਤੇ ਗਾਉਣ ਦਾ ਮੌਕਾ ਮਿਲਿਆ। 20 ਸਾਲਾਂ ਦੀ ਉਮਰ 'ਚ ਦੀਦਾਰ ਨੇ ਇਹੋ ਜਿਹੇ ਗੀਤ ਲਿਖੇ ਜਿਨ੍ਹਾਂ ਸਭ ਨੂੰ ਹੈਰਾਨ ਕਰ ਦਿੱਤਾ, ਜਿਵੇਂ ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖਿਆ ਜਰਗ ਦਾ ਮੇਲਾ, ਇੱਕ ਤੇਰਾ ਰੰਗ ਮੁਸ਼ਕੀ, ਦੂਜਾ ਚਰਖਾ ਗਲੀ ਦੇ ਵਿੱਚ ਡਾਇਆ, ਮੇਰੀ ਐਸੀ ਝਾਂਝ ਛਣਕੇ ਛਣਕਾਟਾ ਪੈਂਦਾ ਗਲੀ ਗਲੀ। ਇਹਨਾਂ ਪ੍ਰਸਿੱਧ ਗੀਤਾਂ ਨੂੰ ਮੁਹੰਮਦ ਸਦੀਕ ਦੁਆਰਾ HMV ਕੰਪਨੀ ਨੇ ਰਿਕਾਰਡ ਕਰ ਮਾਰਕੀਟ ਵਿੱਚ ਭੇਜਿਆ ਤਾਂ ਚਾਰੇ ਪਾਸੇ ਧੂਮਾਂ ਪੈ ਗਈਆਂ। ਹੋਰ ਗੀਤ ਜਿਵੇਂ ਗੋਰੇ ਰੰਗ ਤੇ ਵਾਸਕਟ ਕਾਲੀ ਵੇ, ਚੰਨਾ ਤੈਨੂੰ ਬੜੀ ਸਜਦੀ, ਇਹ ਮੁਹੰਮਦ ਸਦੀਕ ਤੇ ਸਵਰਨ ਲਤਾ ਦੀ ਆਵਾਜ਼ ਵਿੱਚ ਸਨ। ਨਰਿੰਦਰ ਬੀਬਾ ਤੇ ਬੀਰ ਚੰਦ ਦੀਆਂ ਆਵਾਜ਼ਾਂ ਵਿੱਚ ਰਿਲੀਜ਼ ਹੋਏ ਲਗਭਗ ਹਰ ਗੀਤ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ। ਦੀਦਾਰ ਦਾ ਨਾਂ ਸਥਾਪਿਤ ਗੀਤਕਾਰਾਂ ਦੀ ਸੂਚੀ 'ਚ ਬੋਲਿਆ ਜਾਣ ਲੱਗਾ। ਦੀਦਾਰ ਨੇ ਪਹਿਲੀ ਗੀਤਾਂ ਦੀ ਕਿਤਾਬ ਬਿੱਲੋਂ ਬਚ ਕੇ ਮੁੜ ਤੋਂ ਛਪਵਾਈ, ਜਿਸ ਵਿੱਚ ਪੇਂਡੂ ਸੱਭਿਆਚਾਰ ਅਤੇ ਸੰਬੰਧਿਤ ਵਿਸ਼ਿਆਂ ਦੀ ਚੋਣ ਸਰਲ ਬੋਲੀ, ਮੁਹਾਵਰੇ ਅਤੇ ਅਲੰਕਾਰ ਦੀ ਸੁਚੱਜੀ ਵਰਤੋਂ ਨਾਲ ਭਰਪੂਰ ਵਜਨਦਾਰ ਗੀਤ ਉਸਦੇ ਪ੍ਰਸ਼ੰਸਕਾਂ ਨੂੰ ਪੜ੍ਹਨ ਨੂੰ ਮਿਲੇ। ਉਸ ਕਿਤਾਬ ਵਿਚਲੇ ਗੀਤਾਂ ਨੂੰ ਪ੍ਰਸਿੱਧ ਲੋਕ ਗਾਇਕਾਂ ਤੇ ਗਾਇਕਾਵਾਂ ਜਿਵੇਂ ਨਰਿੰਦਰ ਬੀਬਾ, ਸਵਰਨਲਤਾ, ਸੁਰਿੰਦਰ ਕੌਰ, ਰਜਿੰਦਰ ਕੌਰ, ਰਣਜੀਤ ਕੌਰ, ਸੁਦੇਸ਼ ਕਪੂਰ, ਪ੍ਰੋਮੀਲਾ ਪੰਮੀ, ਰਣਜੀਤ ਵਿਰਕ, ਪ੍ਰੀਤੀ ਬਾਲਾ, ਮੁਹੰਮਦ ਸਦੀਕ, ਬੀਰ ਚੰਦ, ਕਰਨੈਲ ਗਿੱਲ, ਰਮੇਸ਼ ਰੰਗੀਲਾ ਨੇ ਗਾਇਆ। ਇਸ ਕਿਤਾਬ ਵਿਚਲਾ ਹਰ ਗੀਤ ਰਿਕਾਰਡ ਹੋਇਆ, ਜੋ ਦੀਦਾਰ ਲਈ ਮਾਣ ਵਾਲੀ ਗੱਲ ਸੀ। ਉਸੇ ਸਾਲ 1966 ਨੂੰ ਦੀਦਾਰ ਵਿਆਹ ਬੰਧਨ ਵਿੱਚ ਬੰਨਿਆ ਗਿਆ ਤੇ ਦੀਦਾਰ ਦਾ ਵਿਆਹ ਗਾਲਬ ਕਲਾਂ ਜਗਰਾਓਂ ਦੇ ਸਰਦਾਰ ਭਾਨ ਸਿੰਘ ਦੀ ਸਪੁੱਤਰੀ ਅਮਰਜੀਤ ਕੌਰ ਨਾਲ ਹੋਇਆ। ਉਸ ਸਮੇਂ ਦੀਦਾਰ ਦਾ ਨਾਂ ਗੀਤਕਾਰ ਲੋਕਾਂ ਦੇ ਬੁੱਲਾਂ ਤੇ ਬੋਲ ਰਿਹਾ ਸੀ। ਉਸ ਦੁਆਰਾ ਲਿਖੇ ਤੇ ਪ੍ਰਸਿੱਧ ਗਾਇਕ ਗਾਇਕਾਂ ਵੱਲੋਂ ਗਾਏ ਦਰਜਨਾਂ ਗੀਤ ਪੌਣਾ 'ਚੋਂ ਗੂੰਜ ਰਹੇ ਸਨ। ਦੀਦਾਰ ਦੇ ਘਰ ਪੁੱਤਰ ਜਗਮੋਹਨ ਸੰਧੂ ਨੇ ਜਨਮ ਲਿਆ।
ਜਿਸ ਨਾਲ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਆਪਣਾ ਸੈੱਟ ਬਣਾਇਆ। ਦੀਦਾਰ ਸੰਧੂ ਨੂੰ ਇਹਨਾਂ ਨਾਲ ਕੋਈ 2.5 ਸਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ। ਦੀਦਾਰ ਸਾਦਾ ਪਹਿਰਾਵਾ ਪਹਿਨਣ ਤੇ ਘੱਟ ਬੋਲਣ ਵਾਲਾ ਸੀ ਤੇ ਜਦੋਂ ਵੀ ਮੂੰਹ ਖੋਲਦਾ ਤਾਂ ਗੱਲ ਵਜਨਦਾਰ ਕਰਦਾ ਸੀ। ਦੀਦਾਰ ਦੀ ਪੱਗ ਤੇ ਜੁੱਤੀ ਬਾਰੇ ਵਿਚਾਰ ਸੀ ਕਿ ਚੰਗੀ ਠੋਕ ਤੇ ਪੱਗ ਬੰਨੇ ਬਿਨਾਂ ਵਧੀਆ ਜੁੱਤੀ ਪਾਏ ਬਿਨਾਂ ਘਰੋਂ ਬਾਹਰ ਨਾ ਨਿਕਲੇ। ਬਾਕੀ ਕੱਪੜਿਆਂ ਦਾ ਇੰਨਾ ਮਹੱਤਵ ਨਹੀਂ ਜਿੰਨਾ ਜੁੱਤੀ ਦਾ। ਜ਼ਿੰਦਗੀ ਦੇ ਰਸਤੇ ਤੁਰੇ ਜਾਂਦਿਆਂ ਤੁਹਾਨੂੰ ਚਾਹੁਣ ਵਾਲੇ ਅਨੇਕਾਂ ਮਿਲਣਗੇ। ਉਹਨਾਂ ਦਾ ਸਾਦਾ ਵਾਹ ਚਿਹਰੇ ਮੱਥੇ ਤੇ ਪੱਗ ਉੱਪਰ ਜਾਂਦਾ ਹੈ। ਜੇਕਰ ਪੱਗ ਠੀਕ ਠਾਕ ਹੈ ਤਾਂ ਖੁਸ਼ ਹੋਣਗੇ। ਜੇ ਪੱਗ ਐਵੇਂ ਢਿੱਲੀ ਮੈਲੀ ਜਿਹੀ ਹੋਵੇ ਤਾਂ ਉਹਨਾਂ ਦੇ ਮਨਾਂ ਅੰਦਰ ਕਿਸੇ ਤਰ੍ਹਾਂ ਦਾ ਵੀ ਸਵਾਲ ਉੱਗੜ ਸਕਦਾ ਹੈ। ਜੇ ਠੁੱਕ ਵਾਲੀ ਜੁੱਤੀ ਨਜ਼ਰੀ ਪਈ ਤਾਂ ਈਰਖਾਲੂ ਹੋਰ ਈਰਖਾ ਦੀ ਅੱਗ 'ਚ ਮਚੇਗਾ। ਸੋ ਸੱਜਣਾ ਮਿੱਤਰਾਂ ਤੇ ਸਨੇਹੀਆਂ ਨੂੰ ਹਰ ਕੀਮਤ ਤੇ ਖੁਸ਼ੀ ਪ੍ਰਚਾਰ ਕਰਨ ਲਈ ਚੰਗੀ ਪੋਸ਼ਾਕ ਦੇ ਨਾਲ ਨਾਲ ਟੋਰੇ ਵਾਲੀ ਪੱਗ ਤੇ ਤਿੱਲੇ ਵਾਲੀ ਜੁੱਤੀ ਦਾ ਖੇੜਿਆਂ ਭਰਪੂਰ ਜ਼ਿੰਦਗੀ 'ਚ ਅਹਿਮ ਰੋਲ ਹੈ। ਦੀਦਾਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਇਹ ਕਲਾਕਾਰ ਦੇ ਤੌਰ ਤੇ ਵਿਚਰਨਾ ਚਾਹੁੰਦਾ ਸੀ। ਸਰਬਸੰਮਤੀ ਨਾਲ ਪਿੰਡ ਭਰੋਵਾਲ ਖੁਰਦ ਦਾ ਸਰਪੰਚ ਚੁਣਿਆ ਗਿਆ ਤੇ ਲਗਾਤਾਰ 3 ਵਾਰ ਸਰਬਸੰਮਤੀ ਨਾਲ ਚੁਣਿਆ ਜਾਂਦਾ ਰਿਹਾ। ਦੀਦਾਰ ਇੱਕ ਗੱਲ ਅਕਸਰ ਹੱਸਦਾ ਹੋਇਆ ਕਹਿੰਦਾ ਸੀ ਕਿ ਕਲਾਕਾਰੀ ਜੱਟਾਂ ਦੇ ਵੱਸ ਦੀ ਕਿੱਥੇ, ਇਹ ਤਾਂ ਜ਼ੋਰ ਨਾਲ ਲਾਈ ਇਹ ਗੋਡਿਆਂ ਥੱਲੇ। ਸੋ ਦੋਸਤੋ, ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਵੱਖ ਵੱਖ ਕਲਾਕਾਰਾਂ ਜਾਂ ਗੀਤਕਾਰਾਂ ਬਾਰੇ ਜਾਣੂ ਕਰਵਾਉਂਦੇ ਰਹਾਂਗੇ। ਇਹ ਕਿੱਸਾ ਮੈਂ ਪੰਜਾਬੀ ਗਾਇਕੀ ਦੇ 7 ਸਮੁੰਦਰ ਅਲੀ ਰਾਜਪੁਰਾ ਦੀ ਕਿਤਾਬ 'ਚੋਂ ਪੜ੍ਹ ਕੇ ਸੁਣਾਇਆ ਹੈ। ਭਰੋਵਾਲ ਦਾ ਜੱਟ ਦੀਦਾਰ ਸੰਧੂ ਪਹਿਲਾ ਭਾਗ ਤੁਹਾਡੇ ਰੂਬਰੂ ਕਰ ਰਹੇ ਹੈ। ਜਲਦ ਅਗਲਾ ਭਾਗ ਇਸ ਕਿਤਾਬ ਦਾ, ਇਸ ਕਿੱਸੇ ਦਾ ਤੁਹਾਡੇ ਰੂਬਰੂ ਕਰਾਂਗੇ। ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਬਣੇ ਰਹੋ। ਪ੍ਰੀ ਡੁਗਰੀ ਦੇ ਨਾਲ ਧੰਨਵਾਦ ਦੋਸਤੋ।